ਮਾਸ਼ਾਅੱਲਾ ਜੀ, ਇੱਥੇ ਨਾ ਰਾਤ ਕਾਫੀ ਬਾਰਿਸ਼ ਹੋਈ ਸੀ ਅਤੇ ਸਾਰਾ ਪਾਣੀ ਮਿਰਚਾਂ 'ਚ ਵੜ ਗਿਆ ਸੀ, ਅਤੇ ਫਿਰ ਲੀਰੇ ਸਾਹਿਬ ਨਾ ਅਤੇ ਹੁਣ ਮਿੱਟੀ ਲਿਆ ਕੇ ਦੇ ਰਿਹਾ, ਅਤੇ ਲੀਰੇ ਸਾਹਿਬ ਦੇ ਪਾਪਾ ਨਾ ਇੱਥੇ ਬੰਨ ਲਗਾ ਰਹੇ ਆ, ਅਤੇ ਬਾਹਰ ਸਮੀ ਉਲਾ ਮਿੱਟੀ ਭਰ ਭਰ ਕੇ ਕਰਾਈਆਂ ਦੇਣ ਦਿਆ। ਦੇਖੋ ਮਾਸ਼ਾਅੱਲਾ, ਇੱਥੇ ਨਾ ਬਹੁਤ ਪਾਣੀ ਪਾਣੀ ਸੀ ਸਾਰੀਆਂ ਮਿਰਚਾਂ 'ਚ ਖੜਾ, ਕਿਉਂਕਿ ਬਾਰਿਸ਼ਾਂ ਦਾ ਮੌਸਮ ਦੱਸ ਰਿਹਾ ਵੀ ਬਾਰਿਸ਼ਾਂ ਹੋਣੀਆਂ ਇਸ ਵਜ੍ਹਾ ਤੋਂ। ਫਿਰ ਲੀਰੇ ਸਾਹਿਬ ਦੇ ਪਾਪਾ ਕਹਿੰਦੇ ਚਲੋ ਇੱਥੇ ਬੰਨ ਲਗਾ ਲਈਏ, ਮੈਂ ਤਾਂ ਕਹਿ ਰਹੀ ਸੀ ਵੀ ਇੱਟਾਂ ਲਗਾ ਲਓ, ਇੱਟਾਂ ਨਹੀਂ ਲਗਾ ਰਹੇ ਅਤੇ ਬਸ ਇਕੱਲੇ ਬੰਨ ਲਗਾ ਰਹੇ ਆ, ਕਿਉਂਕਿ ਮੈਂ ਕਿਹਾ ਐਂ ਮਿੱਟੀ ਫਿਰ ਨਾ ਖੁਰ ਜਾਵੇ। ਇੱਟਾਂ ਕਿੱਥੋਂ ਲਿਆ ਕੇ ਲਾਣੀ? ਅੱਛਾ, ਇੱਟਾਂ ਦੀ ਗੱਲ ਨਾ, ਇੱਟਾਂ ਹੁਣ ਤਾਂ ਲਾਈਏ, ਜਿਹੜੀ ਕੰਧ ਰੱਖੀਆਂ ਫਿਰ ਕੰਧ ਨੀਵੀਂ ਹੋ ਜਾਣੀ। ਹਾਂਜੀ, ਇੱਕ ਦੀਵਾਰਾਂ ਵੀ ਬਸ ਛੋਟੀਆਂ ਛੋਟੀਆਂ ਥੋੜ੍ਹੀਆਂ ਜਿਹੀਆਂ ਇੱਟਾਂ ਪਈਆਂ ਦੀਵਾਰ ਦੇ ਉੱਪਰ ਰੱਖੀਆਂ ਬਸ। ਬੰਨ ਲੱਗ ਗਿਆ ਨਾ ਹੁਣ? ਹਾਂਜੀ, ਬੰਨ ਤਾਂ ਸੋਹਣਾ ਲੱਗਦਾ ਵੈਸੇ। ਹਾਂ, ਬੰਨ ਲੱਗ ਗਿਆ, ਬਸ ਹੁਣ ਨਾ ਵਿੱਚ ਪਾਣੀ ਨਹੀਂ ਜਾਏਗਾ ਜੀ। ਹਾਂਜੀ, ਸਾਰਾ ਰੋਡ ਪੈ ਗਿਆ ਸੀ ਨਾ ਵਿੱਚੋਂ, ਮਿੱਟੀ ਚੱਕੀ ਗਈ ਅਤੇ ਉਹ ਥੋੜ੍ਹੀ ਥੋੜ੍ਹੀ ਲਗਾਈ ਸੀ ਨਾ ਬੰਨੀ ਨਾਲੀ, ਅਤੇ ਜ਼ਿਆਦਾ ਨਹੀਂ ਸੀ ਲਗਾਈ ਹੋਈ, ਇਸ ਵਜ੍ਹਾ ਤੋਂ ਫਿਰ ਨਾ ਬਾਰਿਸ਼ ਕਾਫੀ ਜ਼ਿਆਦਾ ਹੋਈ ਨਾ, ਦੋ ਦਫਾ ਬਾਰਿਸ਼ ਆਈ ਸੀਗੀ, ਇੱਕ ਦਫਾ ਤਾਂ ਪਹਿਲਾਂ ਪਹਿਲਾਂ ਆਈ, ਫਿਰ ਬਾਅਦ 'ਚ ਫਿਰ ਆ ਗਈ ਸੀ ਇੱਕ ਦਫਾ। ਘੁੱਟ ਕੇ ਲਾ ਰਿਹਾ ਹੁਣ ਜੰਮ ਜੂਗੀ। ਇੱਦਾਂ ਨਹੀਂ ਖਾ ਰਹੇ ਹੋ, ਬਾਜਰਾ ਖਾ ਰਹੇ ਹੋ? ਕਿਉਂ ਬਈ ਮੇਰੇ ਚੂਚੋ ਮੁੱਚੋ, ਬਾਜਰਾ ਖਾ ਰਹੇ ਹੋ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ। ਉਮੀਦ ਕਰਦਾ ਮੇਰੇ ਭੈਣ ਭਾਈ ਸਾਰੇ ਠੀਕ ਹੋਣਗੇ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਸ਼ਾਦ ਆਬਾਦ ਰੱਖੇ, ਹਾਰਾਂ ਨਾਲ ਦੁੱਖ ਤਕਲੀਫ ਤੋਂ ਨਜਾਤ ਦੇ। ਇਸੇ ਪਿਆਰੀ ਸ਼ੁਰੂਆਤ ਨਾਲ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। 13ਵੇਂ ਰੋਜ਼ੇ ਦੀ ਇਫਤਾਰੀ, ਸਭ ਭੈਣ ਭਾਈਆਂ ਨੂੰ 13ਵਾਂ ਰੋਜ਼ਾ ਮੁਬਾਰਕ ਹੋਵੇ। ਅਤੇ ਅੱਛਾ ਜੀ, ਰਾਤ ਮਾਸ਼ਾਅੱਲਾ ਅਲਹਮਦੁਲਿਲਾ ਸਾਡੇ ਵਾਲੀ ਸਾਈਡ 'ਤੇ ਕਾਫੀ ਜ਼ਿਆਦਾ ਬਾਰਿਸ਼ ਹੋਈ ਆ, ਠੀਕ ਹੈ ਨਾ। ਬਾਰਿਸ਼ ਹੋਈ ਅਤੇ ਇੱਥੋਂ ਨਾ ਸਾਰਾ ਇਹਦੇ ਵਿੱਚ ਪਾਣੀ ਪਾਣੀ ਖੜਾ ਹੋ ਗਿਆ। ਮੈਂ ਅਲੀ ਰਜ਼ਾ ਔਰ ਸਮੀ ਉੱਲਾ, ਠੀਕ ਹੈ, ਸ਼ਾਮ ਕਰੋ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਪੁੱਪੋ ਕੋ ਵੀ ਸ਼ਾਮ ਕਰੋ, ਕੈਸੇ ਹੋ, ਠੀਕ ਹੋ? ਅਤੇ ਅਸੀਂ ਨਾ ਇਹ ਮਿੱਟੀ ਲਾ ਕੇ ਨਾ ਬੰਨ ਲਾਇਆ, ਕਿਉਂਕਿ ਮੌਸਮ ਦਾ ਫਿਰ ਕੋਈ ਪਤਾ ਕੋਈ ਨਹੀਂ ਹੈਗਾ, ਕਿਉਂਕਿ ਸਾਰਾ ਇਸ ਜਗ੍ਹਾ 'ਚ ਜਮ੍ਹਾਂ ਹੋ ਗਿਆ ਸੀ ਪਾਣੀ, ਸਾਰੀਆਂ ਮਿਰਚਾਂ ਦੇ ਵਿੱਚ ਅਤੇ ਪਾਣੀ ਪਾਣੀ ਸੀਗਾ। ਇਹ ਹੁਣ ਇਹ ਦੇਖੋ ਵਿੱਚ ਨਾ ਮੈਂ ਹਲਕੀ ਹਲਕੀ ਮਿੱਟੀ ਛਿੜਕੀ, ਕਿਉਂਕਿ ਮਿਰਚਾਂ ਨਾ ਮਸਲਨ ਉਹ ਨਾ ਜਾਣ, ਸੜ ਨਾ ਜਾਣ, ਜ਼ਿਆਦਾ ਪਾਣੀ ਵੀ ਨਹੀਂ ਅੱਛਾ ਹੁੰਦਾ। ਅਤੇ ਅੱਲਾ ਖੈਰ ਕਰੇ, ਸ਼ਾਜ਼ੀ ਨੇ ਅਫਤਾਰੀ ਦਾ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਵਾ, ਰੋਟੀ ਬਣਾਉਣ ਲੱਗੇ ਆ। ਅਤੇ ਹਾਂਡੀ ਦੇ ਵਿੱਚ ਕਿਉਂ? ਅੱਛਾ, ਪਹਿਲੇ ਰੋਟੀ ਬਾਅਦ ਹਾਂਡੀ, ਚਲੋ ਸਹੀ ਹੋ ਗਿਆ। ਅਤੇ ਅੱਛਾ ਜੀ, ਅੱਲਾ ਖੈਰ ਕਰੇ। ਅਤੇ ਉਹ ਸੱਚ ਯਾਦ ਹੈ, ਖਜੂਰਾਂ? ਖਜੂਰਾਂ ਨਹੀਂ ਹੈ। ਅਤੇ ਅੱਲਾ ਖੈਰ ਕਰੇ, ਮੈਂ ਚੱਲਦਾ ਵਾਂ ਸ਼ਹਿਰ, ਅਤੇ ਮੈਂ ਜਾ ਕੇ ਨਾ ਅਫਤਾਰੀ ਵਾਸਤੇ ਸਮੀ ਲਾਲੀ ਰਜ਼ਾ, ਇਹਨਾਂ ਸਾਰਿਆਂ ਦਾ ਰੋਜ਼ਾ ਵਾ, ਅਤੇ ਮੈਂ ਇਹਨਾਂ ਵਾਸਤੇ ਨਾ ਸਭ ਤੋਂ ਪਹਿਲੇ ਖਜੂਰਾਂ ਲੈ ਕੇ ਆਉਂਦਾ, ਕਿਉਂਕਿ ਖਜੂਰਾਂ ਖਤਮ ਹੋਈਆਂ ਵਾਂ। ਅਤੇ ਮੈਂ ਹੁਣ ਇਨਸ਼ਾਅੱਲਾ ਨਿਕਲਦਾ ਵਾਂ ਸ਼ਹਿਰ ਨੂੰ, ਸ਼ਹਿਰੋਂ ਜਾ ਕੇ ਖਜੂਰਾਂ ਲੈ ਕੇ ਆਉਂਦਾ, ਅਤੇ ਮੈਂ ਪਤਾ ਕਰਦਾ ਨਾਲ ਦੇ ਮਸਾਏ ਦਾ, ਜੇ ਅਗਰ ਉਹ ਮਿਲ ਜਾਂਦਾ ਤਾਂ ਉਹਨੂੰ ਨਾਲ ਲੈ ਕੇ ਚੱਲਦਾ। ਅਲੀ ਰਜ਼ਾ, ਮੇਰਾ ਬੇਟਾ ਜਾ ਨਾ ਛਾਨੀ ਬਾਈ ਦਾ ਪੁੱਛ ਕੇ ਆ, ਛਾਨੀ ਬਾਈ ਘਰ ਹੈਗਾ ਵਾ, ਅਤੇ ਉਹਨੂੰ ਕਵੀ ਪਾਪਾ ਬੁਲਾ ਰਿਹਾ, ਠੀਕ ਆ? ਅਤੇ ਆਉਂਦਾ ਵਾ ਛਾਨੀ ਬਾਈ, ਅਤੇ ਉਹਨੂੰ ਮੈਂ ਲੈ ਕੇ ਨਾ ਚੱਲਦਾ ਵਾਂ, ਅਤੇ ਜਾ ਕੇ ਨਾ ਮੈਂ ਲੈ ਕੇ ਆਉਂਦਾ ਵਾਂ। ਅਤੇ ਅੱਛਾ, ਇੱਕ ਤਾਂ ਮੇਰੇ ਚੂਚੇ ਮੂਚੇ ਬਹੁਤ ਤੰਗ ਕਰਦੇ, ਇਹ ਗੁਲਾਮ ਅਹਿਮਦ ਆਪਣੇ ਚੂਚੇ ਸਾਂਭੋ। ਹਾਂਜੀ ਬੇਟਾ, ਆਪਣੇ ਚੂਚੇ ਸਾਂਭ ਲਓ, ਇਹ ਚੂਚੇ ਮੂਚੇ ਨਹੀਂ ਨਹੀਂ ਆਹ ਚਾਰ ਬਹੁਤ ਆ, ਮਾਸ਼ਾਅੱਲਾ ਚਾਰ ਸੀਗੇ। ਅਤੇ ਰਾਤੀ ਇੱਕ ਹੋਰ ਗੱਲ ਦੱਸਦਾ ਵਾਂ, ਰਾਤ ਨਾ ਮੇਰੀ ਅਚਾਨਕ ਅੱਖ ਖੁੱਲ ਗਈ ਅਤੇ ਬਚ ਗਏ, ਨਹੀਂ ਤਾਂ ਹਾਂਜੀ ਨਹੀਂ ਤਾਂ ਫਿਰ ਭਿੱਜ ਭੁੱਜ ਜਾਣੇ ਸੀਗੇ ਸਾਰੇ। ਅੱਛਾ ਚਲੋ, ਅੱਛਾ ਅੱਲਾ ਖੈਰ ਕਰੇ। ਤੇ ਮੈਂ ਚੱਲਦਾ ਵਾਂ ਸ਼ਹਿਰ, ਤੇ ਸ਼ਹਿਰੋਂ ਨਾ ਖਜੂਰਾਂ ਲੈ ਕੇ ਨਾ ਹੋਰ ਕੋਈ ਚੀਜ਼, ਖਜੂਰਾਂ ਲਿਆਉਣੀਆਂ। ਹਾਂਜੀ, ਪਤਾ ਨੀ ਕਿੱਥੇ ਜੀ, ਤੁਹਾਡੇ ਵਾਸਤੇ ਚੀਜ਼ੀ ਲੈ ਕੇ ਆਉਣੀ ਆ। ਕਿਹੜੀ ਸ਼ਾ? ਗੰਨੇ, ਸਮੋਸੇ? ਅੱਛਾ, ਮੇਰਾ ਬੇਟਾ ਸਮੋਸੇ ਕਹਿ ਰਿਹਾ। ਚਲੋ ਜੀ, ਮੈਂ ਆਪਣੇ ਬੇਟੇ ਵਾਸਤੇ ਸਮੋਸੇ ਵੀ ਲੈ ਕੇ ਆਵਾਂਗਾ, ਠੀਕ ਹੈ? ਮੈਂ ਬਾਈਆਂ ਦਾ ਰੋਜ਼ਾ ਵਾ, ਅਤੇ ਮੈਂ ਜਾ ਕੇ ਨਾ ਇਹਨਾਂ ਨੂੰ ਖਜੂਰਾ ਲਿਆ ਦੇਵਾਂ, ਠੀਕ ਹੈ? ਹਾਂ ਚਲੋ ਠੀਕ ਹੋ ਗਿਆ, ਮੈਂ ਚੱਲਦਾ ਹੁਣ ਸ਼ਹਿਰ,
ਤੇ ਸ਼ਾਰੋ ਮੈਂ ਇਹਨਾਂ ਨੂੰ ਬਾਕੀ ਦਾ ਜਿਹੜਾ ਸਮਾਨ ਹੈਗਾ ਖਜੂਰਾਂ ਸਿਰਫ ਖਜੂਰਾਂ ਹੀ ਲਿਆਉਣ ਵਾਲੀਆਂ ਵਾਂ ਖਜੂਰਾਂ ਲਿਆ ਦਿੰਦਾ ਅਤੇ ਗੁਲਾਮ ਮੁਹੰਮਦ ਵਾਸਤੇ ਸਮੋਸੇ ਲੈ ਕੇ ਆਉਂਦਾ ਅੱਲਾ ਸ਼ਹਿਰ ਪਹੁੰਚ ਚੁੱਕੇ ਅੱਲਾ ਖੈਰ ਕਰੇ ਕਰੋ ਕਿਲੋ ਖਜੂਰਾਂ ਕਰੋ ਖਜੂਰਾਂ ਲੈ ਰਹੇ ਵਾਂ ਅੱਲਾ ਖੈਰ ਕਰੇ ਅਤੇ ਕਦੇ ਨਾ ਵਾਂ ਕਿਲੋ ਖਜੂਰਾਂ ਲੈਂਦੇ ਵਾਂ ਫਿਰ ਚੱਲਦੇ ਵਾਂ ਮੈਂ ਅਤੇ ਅਲੀ ਰਜ਼ਾ ਦੋਨੋਂ ਆਏ ਵਾਂ ਕਿਉਂਕਿ ਨਾਲ ਵਾਲਾ ਭਾਈ ਨਹੀਂ ਆਇਆ ਹੈਗਾ ਅਸੀਂ ਦੋਨੋਂ ਆਏ ਵਾਂ ਅਤੇ ਰਸ਼ ਵੀ ਬਹੁਤ ਜ਼ਿਆਦਾ ਵਾ ਅਤੇ ਟਾਈਮ ਵੀ ਬਹੁਤ ਜ਼ਿਆਦਾ ਵਾ ਥੋੜ੍ਹਾ ਜਿਹਾ ਟਾਈਮ ਬਚ ਗਿਆ ਹੁਣ ਜਲਦੀ ਵਾ ਕਿਉਂਕਿ ਹੁਣ ਮੈਂ ਇੱਥੇ ਰਹਿੰਦਾ ਹੁਣ ਮੈਂ ਜਿਹੜਾ ਸਮਾਨ ਲੈਣਾ ਵਾ ਬਸ ਮੈਂ ਜਲਦੀ ਜਲਦੀ 'ਚ ਲੈ ਕੇ ਅਤੇ ਬਸ ਨਿਕਲਣ ਦੀ ਕਰਾਂ ਅਤੇ ਬਾਈ ਹੁਣ ਖਜੂਰਾਂ ਤੋਲਦੇ ਵਾ ਕਿਲੋ ਪੂਰੀਆਂ ਕਰ ਦੀ ਵੀਰੇ ਵੀ ਠੀਕ ਆ ਕਿਲੋ ਖਜੂਰਾਂ ਲੈ ਕੇ ਅਤੇ ਚੱਲਦੇ ਘਰ ਅੱਛਾ ਜੀ ਮਾਸ਼ਾਅੱਲਾ ਅਲਹਮਦੁਲਿਲਾ ਸਮਾਨ ਲੈ ਕੇ ਅਸੀਂ ਘਰ ਤੋਂ ਵਾਪਸੀ ਜਾ ਰਹੇ ਹਾਂ ਅੱਲਾ ਖੈਰ ਕਰੇ ਅਤੇ ਰਾਤ ਬਾਰਿਸ਼ ਪਈ ਚਿੱਕੜ ਵੀ ਬਹੁਤ ਆ ਔਰ ਟਾਈਮ ਵੀ ਥੋੜ੍ਹਾ ਜਿਹਾ ਰਹਿ ਗਿਆ ਸਿਰਫ 2 ਤੋਂ 3 ਮਿੰਟ ਰਹਿ ਗਏ ਠੀਕ ਹੈ ਰੋਜ਼ਾ ਖੁੱਲ੍ਹਣ ਦੇ ਵਿੱਚ ਬਸ ਭਾਈ ਦੌੜ ਦੇ ਵਿੱਚ ਹੀ ਉੱਥੇ ਤੋਂ ਗੁਲਾਮ ਮੁਹੰਮਦ ਦਾ ਸਮਾਨ ਰਹਿ ਗਿਆ ਵਾ ਲੇਕਿਨ ਖਜੂਰਾਂ ਲੱਗੀਆਂ ਰਸ਼ ਬਹੁਤ ਜ਼ਿਆਦਾ ਸੀਗਾ ਅਤੇ ਇਸ ਕਰਕੇ ਨਾ ਉੱਥੋਂ ਨਿਕਲਣ ਦੀ ਕੀਤੀ ਜਲਦੀ ਜਲਦੀ ਆਉਣ ਦੀ ਕੀਤੀ ਕਿ ਜਲਦੀ ਜਲਦੀ ਘਰ ਪਹੁੰਚ ਗਏ ਅਤੇ ਬਸ ਪਹੁੰਚ ਚੱਲੇ ਵਾਂ ਅੱਲਾ ਖੈਰ ਕਰੇ ਅਤੇ ਟਾਈਮ ਵੀ ਰੋਜ਼ੇ ਦਾ ਐਵੇਂ ਮਿੰਟ ਡੇਢ 2 ਮਿੰਟ ਆ ਅਤੇ ਬਸ ਉਨੀ ਦੇਰ ਨੂੰ ਇਨਸ਼ਾਅੱਲਾ ਅੱਲਾ ਖੈਰ ਕਰੇ ਘਰ ਪਹੁੰਚ ਗਏ ਬਾਕੀ ਇਨਸ਼ਾਅੱਲਾ ਅੱਲਾ ਖੈਰ ਕਰੇ ਬਸ ਘਰ ਪਹੁੰਚ ਗਏ ਅੱਲਾ ਖੈਰ ਕਰੇ ਖਜੂਰਾਂ ਲਾ ਲਈਆਂ ਅਤੇ ਚਲੋ ਦਿਓ ਆਪਣੀ ਮੰਮਾ ਨੂੰ ਇੱਧਰ ਚਟਾਈ ਵਗੈਰਾ ਵਿਛਾ ਲਈ ਮੈਂ ਤਾਂ ਬਹੁਤ ਹੋ ਗਿਆ ਸੀ ਮੈਂ ਆਖਿਆ ਪਤਾ ਨਹੀਂ ਪਹੁੰਚ ਸਕਦਾ ਟਾਈਮ ਨਾਲ ਜਾਂ ਨਹੀਂ ਹਾਂ ਅਤੇ ਦੇਰ ਹੋ ਰਹੀ ਵਾਕਿਆ ਹੀ ਚਲੋ ਅੱਛਾ ਅੱਲਾ ਖੈਰ ਕਰੇ ਪਹੁੰਚ ਕੇ ਜਲਦੀ ਆ ਜਾਓ ਟਾਈਮ ਕੋਈ ਨਹੀਂ ਰਹਿ ਗਿਆ ਟਾਈਮ ਸਿਰਫ ਮਿੰਟ ਡੇਢ ਹੀ ਆ ਅਤੇ ਅੱਛਾ ਜੀ ਅਲਹਮਦੁਲਿਲਾ ਅੱਲਾ ਖੈਰ ਕਰੇ ਪਹੁੰਚ ਚੁੱਕੇ ਅੱਲ ਮੇਰਾ ਪੁੱਤ ਆ ਚਸ਼ਮਾ ਚਸ਼ਮਾ ਤਾਂ ਲਾ ਕੇ ਗਏ ਸੀਗੇ ਕਿਉਂਕਿ ਇੱਥੇ ਨਾ ਧਮੱਕੜੀ ਬਹੁਤ ਆ ਹਾਂਜੀ ਬੇਟਾ ਤੇਰੀ ਚੀਜ਼ ਪੁੱਤ ਉੱਥੇ ਰਸ਼ ਇੰਨਾ ਸੀਗਾ ਮੇਰਾ ਪੁੱਤ ਇੰਨਾ ਰਸ਼ ਸੀਗਾ ਕਿ ਉੱਥੇ ਜੇ ਅਗਰ ਖਲੋਨੇ ਤਾਂ ਮੇਰਾ ਪੁੱਤ ਫਿਰ ਪਹੁੰਚ ਨਹੀਂ ਸਕਦੇ ਸੀ ਉੱਥੇ ਬਹੁਤ ਰਸ਼ ਸੀਗਾ ਤਾਂ ਮੇਰੇ ਪੁੱਤ ਦੇ ਸਮੋਸੇ ਰਹਿ ਗਏ ਹੈਂ ਕੱਲ੍ਹ ਨੂੰ ਲਾ ਦਾਂਗਾ ਹੈਂ ਠੀਕ ਹੈ ਮੇਰੇ ਪੁੱਤ ਦੇ ਸਮੋਸੇ ਰਹਿ ਗਏ ਸੋਰੀ ਠੀਕ ਹੈ ਹੁਣ ਮੂੰਹ ਭੈੜਾ ਜਿਹਾ ਕਰਨ ਦਿਆ ਨਹੀਂ ਕੱਲ੍ਹ ਨੂੰ ਲਾ ਕੇ ਦੂੰਗਾ ਕੱਲ੍ਹ ਨੂੰ ਕੱਲ੍ਹ ਠੀਕ ਹੈ ਕੱਲ੍ਹ ਨੂੰ ਲਾ ਕੇ ਦੂੰਗਾ ਅਲੀ ਰਜ਼ਾ ਨੂੰ ਪੁੱਛ ਲੈ ਅਗਰ ਅਲੀ ਰਜ਼ਾ ਦੱਸੀ ਭਾਈ ਨੂੰ ਉੱਥੇ ਕਿੰਨਾ ਰਸ਼ ਸੀਗਾ ਹਾਂਜੀ ਰਸ਼ ਬਹੁਤ ਜ਼ਿਆਦਾ ਸੀ ਹੈ ਉੱਥੇ ਫਿਰ ਮੈਂ ਅਗਰ ਉੱਥੇ ਲੈਣ ਖਲੋਨਾ ਨਾ ਸਮੋਸੇ ਅਤੇ ਮੈਂ ਕਮ ਸੇ ਕਮ ਵੀ ਮੈਨੂੰ ਉੱਥੇ ਰੋਜ਼ਾ ਉੱਥੇ ਹੀ ਮੇਰਾ ਖੁੱਲ੍ਹ ਜਾਣਾ ਸੀ ਠੀਕ ਹੈ ਨਾ ਮੈਂ ਫਿਰ ਜਲਦੀ ਜਲਦੀ ਮੈਂ ਕਿਹਾ ਖਜੂਰਾਂ ਲੈ ਕੇ ਅਤੇ ਘਰ ਪਹੁੰਚਿਆ ਚਲੋ ਮੇਰਾ ਬੇਟਾ ਪਾਓ ਪਲੇਟਾਂ ਦੇ ਵਿੱਚ ਖਜੂਰਾਂ ਅਤੇ ਤੁਸੀਂ ਸਮਾਨ ਆਪਣਾ ਕਰ ਲੈ ਖਜੂਰਾਂ ਰੱਖ ਲਈਆਂ ਬਾਕੀ ਚਲੋ ਠੀਕ ਆ ਬਾਕੀ ਸਾਂਭ ਲਿਓ ਮੈਂ ਕਿਲੋ ਲੈ ਆਇਆ ਇਸੇ ਕਰਕੇ ਇੱਕੋ ਵਾਰੀ ਮੈਂ ਕਿਹਾ ਹਾਂਜੀ ਅਲਹਮਦੁਲਿਲਾ ਚਲੋ ਅੱਛਾ ਅੱਲਾ ਖੈਰ ਕਰੇ ਚਲੋ ਮੇਰਾ ਬੇਟਾ ਬੈਠੋ 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 ਅਤੇ ਅੱਛਾ ਜੀ ਅੱਲਾ ਖੈਰ ਕਰੇ ਅਲਹਮਦੁਲਿਲਾ ਰੋਜ਼ੇ ਅਫਤਾਰੀ ਦਾ ਟਾਈਮ ਹੋ ਚੁੱਕਿਆ ਵਾ ਅਤੇ ਬਸ ਚੰਦ ਮਿੰਟ ਆ ਅਤੇ ਇਹ ਆਪਣੀ ਚਲੋ ਤੁਸੀਂ ਆਪਣੀ ਤਿਆਰੀ ਕਰੋ ਉਹ ਐਨਕ ਲਾ ਕੇ ਬਹਿ ਗਿਆ ਤੈਨੂੰ ਇੱਥੇ ਮੱਛਰੀ ਪੈਂਦੀ ਹੈ ਇੱਕ ਤਾਂ ਇਹ ਸਾਡਾ ਨਾ ਸ਼ਹਿਜ਼ਾਦਾ ਇਹਨੂੰ ਇੱਕ ਤਾਂ ਇਹ ਸਾਡਾ ਹਾਂ ਮੇਰੇ ਬੁਰਾ ਹਾਲਾਤ ਹੋ ਗਿਆ ਲਾਉਣ ਦੇ ਆਉਂਦੇ ਮੈਂ ਐਨਕ ਇਸ ਲਈ ਨਾਲ ਲੈ ਕੇ ਗਿਆ ਸੀਗਾ ਚਲੋ ਅੱਛਾ ਅੱਲਾ ਖੈਰ ਕਰੇ ਬੇਟਾ ਦੁਆ ਮੰਗ ਰਿਹਾ ਹੈ ਚਲੋ ਪੁੱਪੋ ਕੇ ਲੀਏ ਵੀ ਦੁਆ ਮੰਗੇ ਨਾ ਪੁੱਪੋ ਕੇ ਲੀਏ ਕਿ ਦੁਆ ਮੰਗੇ ਪੁੱਪੋ ਅੱਲਾ ਤਾਲਾ ਆਪਕੀ ਹਰ ਮੁਸ਼ਕਿਲ ਆਸਾਨ ਕਰੇ ਹਾਂਜੀ ਮੇਰੀ ਪੁੱਪੋ ਕੋ ਅੱਲਾ ਤਾਲਾ ਸ਼ਿਫਾਏ ਕਾਮਲਾ ਤਾ ਫਰਮਾਏ ਆਮੀਨ ਸੁਮ ਆਮੀਨ ਔਰ ਜੋ ਬੇ ਔਲਾਦ ਹੈ ਉਸੇ ਕਹਿ ਅੱਲਾ ਤਾਲਾ ਮੇਰੇ ਜੈਸੇ ਨੇਕ ਸਾਲੀਆ ਔਲਾਦ ਤਾ ਫਰਮਾਏ ਆਮੀਨ 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 ਹਾਂਜੀ ਬਿਲਕੁਲ ਔਰ ਦੁਆ ਮੰਗ ਅੱਲਾ ਤਾਲਾ ਇਸ ਰਮਜ਼ਾਨ ਦੇ ਸਦਕੇ ਮੇਰੇ ਪਾਪਾ ਕੋ ਵੀ ਤੰਦਰੁਸਤੀ ਸਿਹਤ ਦੇ ਆਮੀਨ ਆਮੀਨ ਔਰ ਇਸ ਦੁਆ ਮੰਗ ਅੱਲਾ ਤਾਲਾ ਇਸ ਰਮਜ਼ਾਨ ਦੇ ਸਦਕੇ ਜੋ ਇਸ ਦੁਨੀਆ 'ਤੇ ਬਿਮਾਰ ਆ ਸਭ ਨੂੰ ਸ਼ਿਫਾਏ ਕਾਮਲਾ ਤਾ ਫਰਮਾ ਆਮੀਨ ਆਮੀਨ ਔਰ ਕਿਦਾਂ ਵਾ ਜਿਹੜੇ ਬੇਰੁਜ਼ਗਾਰ ਅੱਲਾ ਤਾਲਾ ਉਹਨਾਂ ਨੂੰ ਰਿਜ਼ਕ ਤਾ ਫਰਮਾ
जेडे बे औलाद अल्लाह ताला ने नेक सालिया लाता फरमा। आमीन आमीन आमीन। और मेरी पुप्पो की हर मुश्किल या बारिक ताला आसान कर। आमीन 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 आमीन। और सब के कबीरा सगीरा गुनाह माफ फरमा इस रमजान के सदके। आमीन आमीन आमीन। अल्लाह ताला माफ करने वाला गफूर रहीम। अल्लाह ताला जी बिल्कुल जी बिल्कुल सब दे गुनाह माफ करेगा ते नाल ही रमजान दे सदके मदीने वाले दी हाजरी नसीब होवे सब नु। आमीन। रोजा दिखावे सब नु। आमीन। हर किसी दी तमन्ना हुंदी ख्वाहिश हुंदी है वी असी मदीने जाइए ते। आमीन आमीन। शाबाश। अच्छा जी माशाल्लाह अल्हम्दुलिल्लाह रोज़ा इफ्तार हो चुका वा। अल्लाह खैर करे। चलो मेरा बेटा सब नू दो, मम्मा को भी दो ना, मुझे भी दो। शाबाश। ये मेरी। चलें रोज़ा इफ्तार करे। बिस्मिल्लाह रहमान। अच्छा जी माशाल्लाह अल्हम्दुलिल्लाह रोज़ा इफ्तार हो चुका वा। तो पानी पियो, पानी मैनू भी दो। तो अल्लाह खैर करे मैं नमाज पढ़ने चला। मैं नमाज पढ़ लवा तो तुम अपना रोज़ा इफ्तार करके नमाज पढ़ लो। ठीक है मैं पानी का कुट पहले दे दो, मैं फिर जावा। मैं देना बेटा, मैं जाना नमाज पढ़ने वास्ते। बिस्मिल्लाह। हेलो बेटा चलो ठीक है फिर मैनू इजाजत। मैनू फिर इजाजत, मैं जावा। हाँ नमाज का टाइम कम, मैं नमाज पढ़ लूँगा। हाँ ठीक है मैं नमाज पढ़ लूँगा। अच्छा जी अल्लाह खैर करे नमाज पढ़ दे, नमाज तो बाद इंशाल्लाह मिल देगा। माशाल्लाह जी नमाज वगैरह पढ़ के तो फिर हम मैं क्या दूँ खाना आलू बस फ्राई कर लेंदी है क्योंकि सालन उस टाइम नहीं बनाया तो अज ना देर हो गई सी तो नाल ही सोच रहे थे की बनाइए तो बच्चे कुछ खाते नहीं मैं बना लेंदी सालन तो वैसे ही रह जाता फिर किसी वे सालन तारी होंगी रोजे होंगे तो रोजे से इन्ना ज़्यादा सालन भी नहीं खा नहीं होंगे तो बस मैं हूँ आलू सब के फेवरेट होंगे इसलिए इन्हों बस इन्हों का मसाला ही बनावगी तो माशाल्लाह प्याज वगैरह मसाला मैं ऐड कर दिता तो हूँ आलू बच्चे ऐड कर दी। माशाल्लाह जी सालन तैयार हो रहा है। गुलाम मोहम्मद हकदा नहीं देखो हांडी खुद भी बनाने वास्ते आ गया। माशाल्लाह दूध भी लिया के मैं गर्म कर लिया सी दूध बॉयल करके रख लिया वा। लाइट लगी हुई सी बल्ब तो मैं सिलेंडर चुकया इतने गोली लिया से जल्दी जल्दी मैं इतने खाना बना ली थोड़ा ये पानी ऐड कर दिता वा तो समी उल्ला कहता मम्मा जी मैंने तो छोरे वाला सालन बना रहे थे। माशाल्लाह जी सालन हो गया तैयार तो हम खा लेंगे खाना तो मैं छोले लिया के आँगी ठंडा करके फिर जाग लगा अज दही बना लेंगी थोड़ा जहा। माशाल्लाह जी सालन पापा वास्ते ले आई है तो समी उल्ला तो गुलाम मोहम्मद अंदर ही रोटी खान लगी तो अली पापा इतनी खान गए।
पता की गल जो जल्दी खाना बन जाए तो उस टाइम खाने जो ना होना खाना थोड़ा लेट हो जाए फिर भूख भी बहुत ज्यादा लग जाती है। बंदा दिल करता जल्दी से जल्दी खाना मिल जाए।